will try to find ways and means to reciprocate, which I cannot disclose here. We will try our best. We have something in mind which we can do. ਨਹੀਂ ਗੱਲਬਾਤ ਤਾਂ ਪੋਲੀਟੀਕਲ ਲੀਡਰਸ ਦੇ ਨਾਲ ਲਗਾਤਾਰ ਹੁੰਦੀ ਰਹਿੰਦੀ ਆ। ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ, ਲੇਕਿਨ ਉਹਨਾਂ ਦੇ ਇੰਪੋਰਟੈਂਟ ਆਗੂਆਂ ਦੇ ਨਾਲ ਮੇਰਾ ਤਾਲਮੇਲ ਹੈ ਸੀਗਾ, ਪਰ ਹੈ ਇਸੇ ਹੀ ਕਰਕੇ ਸੀਗਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੇ ਵਿੱਚ ਇੱਕ ਵਾਇਬਲ ਤੀਸਰਾ ਅਲਟਰਨੇਟਿਵ ਪੇਸ਼ ਕਰੀਏ, ਆਪਸ ਵਿੱਚ ਨਾ ਉਲਝੀਏ ਅਤੇ ਲੋਕਾਂ ਨੂੰ ਇੱਕ ਕੰਪਲੀਟ ਓਪੋਜੀਸ਼ਨ ਯੂਨਿਟੀ ਦਾ ਮੌਕਾ ਦੇਈਏ। ਹਾਂਜੀ, ਮੇਰੀ ਆਲਮੋਸਟ ਔਨ ਡੇ ਟੂ ਡੇ ਬੇਸਿਸ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਹੈਗੀ ਆ। ਮੈਂ ਵੀ ਆਸਵੰਦ ਹਾਂ ਕਿ ਉਹ ਇੱਕ ਖਡੂਰ ਸਾਹਿਬ ਦੇ ਮੁਤਲਕ ਅੱਛਾ ਨਿਰਣਾ ਲੈ ਸਕਦੇ ਨੇ। ਅਗਰ ਲੈਣਗੇ ਤਾਂ ਅਸੀਂ ਤੁਹਾਨੂੰ ਮੈਂ ਕਹਿ ਰਿਹਾ ਵਾਂ ਦੁਬਾਰਾ ਕਿ ਅਸੀਂ ਵੀ ਵਿਲ ਟਰਾਈ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਹੀ ਦਿਖਾਈ ਹੋਈ ਗ੍ਰੇਸ ਵੱਲ ਨੂੰ ਅਸੀਂ ਰੈਸੀਪ੍ਰੋਕੇਟ ਕਰ ਸਕੀਏ। ਦੇਖੋ ਉਹ ਜਿਹੜੇ ਫੈਕਟਸ ਨੇ, ਮੈਂ ਵੀ ਅੱਜ ਇੱਕ ਵਰਨੈਕੂਲਰ ਨਿਊਜ਼ ਰਿਪੋਰਟ ਪੜ੍ਹੀ ਆ, ਉਹਦੇ ਜਿਹੜੇ ਫੈਕਟਸ ਨੇ ਉਹ ਮਿਸ ਰਿਪੋਰਟ ਹੋਏ ਨੇ। ਕਿਤੇ ਵੀ ਰੱਤਾ ਭਰ, ਆਈ ਵਾਂਟ ਟੂ ਕੈਟੇਗੋਰੀਕਲੀ ਸਟੇ, ਰੱਤਾ ਭਰ, ਨੋਟ ਈਵਨ ਆਈਟਾ, ਦੇਰ ਇਜ਼ ਅ ਸਕੋਪ ਦੈਟ ਆਈ ਵਿਲ ਐਵਰ ਇਨ ਮਾਈ ਲਾਈਫ ਗੋ ਬੈਕ ਟੂ ਸੱਚ ਏ ਡਿਕਟੇਟੋਰੀਅਲ ਪਾਰਟੀ, ਦੈਟ ਇਜ਼ ਅ ਐਬਸੋਲੂਟਲੀ ਰੂਲਡ ਆਊਟ ਲਾਈਕ ਦਿਸ। ਔਰ ਇੱਕ ਮਿੰਟ ਜੀ, ਅਰਵਿੰਦ ਕੇਜਰੀਵਾਲ ਨੇ ਲਾਸਟ ਜਿਹੜਾ ਰਹਿ ਗਈ ਸੀ ਕੁ ਕਸਰ, ਅਲਕਾ ਲਾਂਬਾ ਨੂੰ ਵੀ ਕੱਢ ਕੇ ਪਾਸੇ ਕਰ ਦਿੱਤਾ। ਔਰ ਅਲਕਾ ਲਾਂਬਾ ਨੇ ਕੀ ਲਫ਼ਜ਼ ਵਰਤੇ ਨੇ, ਉਹ ਕਹਿੰਦੇ ਜਦੋਂ ਮੈਂ ਵਿਧਾਨ ਸਭਾ ਦੇ ਵਿੱਚ ਆਪਣਾ ਭਾਰਤ ਰਤਨ ਦੇ ਇਸ਼ੂ ਦੇ ਉੱਤੇ ਡਿਬੇਟ ਕੀਤਾ ਅਤੇ ਬਾਅਦ ਵਿੱਚ ਆਪਣਾ ਜਾ ਕੇ ਅਰਵਿੰਦ ਕੇਜਰੀਵਾਲ ਕੋ ਪੱਖ ਰੱਖਿਆ, ਤਾਂ ਇੱਕ MLA ਔਰਤ ਨੂੰ ਕਹਿ ਰਿਹਾ ਕਿਆ ਬਖਤੀ ਹੋ। ਉਹ ਕਹਿੰਦੀ ਆਈ ਵਾਜ਼ ਸ਼ੌਕਡ, ਕਿ ਕਹਿੰਦੇ ਉਹਨੇ ਕਿਹਾ ਕਿ ਮੈਂ ਉਹਨੂੰ ਯਕੀਨ ਦਿਵਾਉਣ ਵਾਸਤੇ ਮੈਂ ਕਿਹਾ ਜੀ ਮੈਂ ਇਹੀ ਬੱਕਰੀ ਹੂੰ ਜੋ ਆਪਣੇ ਸੁਣਾ ਹੈ। ਫਿਰ ਉਹ ਕਹਿੰਦਾ ਕਿ ਉਹ ਕਹਿੰਦੀ ਆ ਕਿ ਸਾਡੇ MLA ਨੂੰ ਦਿੱਲੀ ਵਿੱਚ ਟੁੱਚੇ ਕਹਿੰਦਾ, ਟੁੱਚੇ ਗਵਾਰ, ਟੁੱਚੇ। ਆਈ ਕੈਨ ਨੈਵਰ ਐਵਰ ਥਿੰਕ ਆਫ ਗੋਇੰਗ ਬੈਕ ਟੂ ਦੈਟ ਪਾਰਟੀ। ਮੈਂ ਦੱਸ ਦਿੰਦਾ ਜੀ, ਦੇਖੋ ਮੇਰੇ ਕੋਲ ਮਾਸਟਰ ਬਲਦੇਵ ਸਿੰਘ ਜੀ ਬੈਠੇ ਨੇ, ਇਹਨਾਂ ਨੇ ਪਾਰਟੀ ਤੋਂ ਰਿਜ਼ਾਈਨ ਕੀਤਾ ਹੋਇਆ ਸੀਗਾ। ਇਹਨਾਂ ਦੇ ਇੱਕ ਪਾਸੇ ਇਸ਼ਤਿਹਾਰ ਲੱਗ ਰਹੇ ਨੇ ਉਮੀਦਵਾਰੀ ਦੇ, ਇਹਨਾਂ ਦੇ ਬਾਰੇ ਕਲੇਮ ਕਰ ਰਹੇ ਨੇ, ਉਹਨਾਂ ਨੂੰ ਝੂਠ ਬੋਲਣ ਦੀ ਜਿੱਦਾਂ ਆਦਤ ਪੈ ਗਈ ਹੁੰਦੀ ਨਾ, ਉਹ ਤੁਰੇ ਹੀ ਆਉਂਦੇ ਝੂਠ ਬੋਲਦੇ। ਅਲਾਇੰਸ ਬਾਰੇ ਕਹਿੰਦੇ ਰਹੇ, ਇੱਕ ਪਾਸੇ ਅਲਾਇੰਸ ਸਾਡਾ ਫਾਈਨਲਾਈਜ਼ ਹੋ ਰਿਹਾ, ਇੱਕ ਪਾਸੇ ਆਮ ਆਦਮੀ ਦੇ ਪੰਜਾਬ ਦੇ ਭਗਵੰਤ ਮਾਨ ਨੂੰ ਕਹੀ ਜਾਣ, ਬਸਪਾ ਤਾਂ ਸਾਡੇ ਨਾਲ ਗੱਲ ਕਰ ਰਹੀ ਹੈ, ਟਕਸਾਲੀ ਦਾ ਸਾਡੇ ਨਾਲ ਗੱਲ ਕਰ ਰਹੇ, ਜਸਟ ਟੂ ਕਨਫਿਊਜ਼ ਦ ਮੈਟਰਸ। ਔਰ ਬਲਦੇਵ ਸਿੰਘ ਜੀ ਦੇ ਇਸ਼ਤਿਹਾਰ ਲੱਗ ਰਹੇ ਨੇ ਅਤੇ ਇਹਨਾਂ ਮੁਤਲਕ ਕਿਹਾ ਜਾ ਰਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਘਰ ਵਾਪਸੀ ਕਰਦੇ ਨੇ। ਦੇਖੋ ਇਨਫੋਰਮਲੀ MLAs ਜਿਹੜੇ ਨੇ ਆਪਸ ਵਿੱਚ ਉੱਥੇ ਮਿਲਦੇ ਬੈਠਦੇ ਰਹਿੰਦੇ ਨੇ, ਔਰ ਜਿਹੜਾ ਉਹਨਾਂ ਨੇ ਗੱਲ ਕੀਤੀ ਅਤੇ ਸਾਡੇ MLA ਨੇ ਕਿਹਾ ਕਿ ਠੀਕ ਹੈ ਤੁਸੀਂ ਗੱਲ ਕਰੋ ਤਾਂ ਗੱਲ ਕਰੋ ਪੂਰੀ ਸਮੁੱਚੀ, ਫਿਰ ਉਹਨਾਂ ਦੀ ਨਫ਼ਰਤ ਦੀ ਭਾਵਨਾ ਜਾਗਦੀ ਆ। ਉਹ ਕਹਿੰਦੇ ਜਿੱਥੇ ਖਹਿਰਾ ਵਾ ਉੱਥੇ ਅਸੀਂ ਕੁਛ ਨਹੀਂ ਕਦੀ ਸੋਚ ਸਕਦੇ, ਅਤੇ ਮੈਂ ਕਿਹੜਾ ਉਹਨਾਂ ਦੇ ਪਿੱਛੇ ਬਹੁਤ ਕੋਈ ਕਾਲਾ ਫਿਰਦਾ ਵਾਂ ਜਾਂ ਕੋਈ ਮੈਂ ਬਹੁਤ ਕਾਲਾ ਕਿ ਉਹਨਾਂ ਦੀ ਪਾਰਟੀ ਚਾਹੀਦੀ, ਤਾਂ ਹੀ ਮੈਂ ਕਾਟਾ ਮਾਰਿਆ ਚੰਗੀ ਤਰ੍ਹਾਂ ਨਾਲ ਜਿਹੜੇ ਸੁਣਦੇ ਨੇ। ਨਹੀਂ, ਇੱਕ ਮਿੰਟ, ਕੁਛ MLAs ਨੇ ਮੈਨੂੰ ਦੱਸਿਆ, ਮੈਂ ਵਾਈ ਵੁੱਡ ਆਈ ਸੇ ਕਿ ਗੱਲਬਾਤ ਨਾ ਕਰੋ, ਪਰ ਉਹ ਗੱਲਬਾਤ ਮਿਸ ਰਿਪੋਰਟ ਹੋ ਰਹੀ ਆ। ਉਹ ਹੈ ਉਹ ਪਾਰਟੀ ਟੂ ਪਾਰਟੀ ਵਿੱਚ ਘਰ ਵਾਪਸੀ ਦੀ ਨਹੀਂ ਗੀ, ਦੈਟ ਇਜ਼ ਅਬਾਊਟ ਅਲਾਇੰਸ, ਕਿਉਂਕਿ ਮੈਂ ਉਹਨਾਂ ਨੂੰ ਇਹ ਔਫਰ ਦਿੱਤੀ ਸੀਗੀ ਕਿ ਆਮ ਆਦਮੀ ਪਾਰਟੀ ਦੀ 13 ਸੀਟਾਂ 'ਚੋਂ 12 'ਤੇ ਤਾਂ ਜ਼ਮਾਨਤ ਜ਼ਬਤ ਆ, ਔਰ ਇਹ ਗੱਲਾਂ ਦੀਵਾਰਾਂ ਦੇ ਉੱਤੇ ਲਿਖੀਆਂ, ਮੈਂ ਨਹੀਂ ਕਹਿ ਰਿਹਾ, ਉਹਨਾਂ ਨੂੰ ਵੀ ਪਤਾ ਵਾ ਕਿ ਸਾਡੀ ਜ਼ਮਾਨਤ ਜ਼ਬਤ ਆ। ਅਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਅਗਰ ਇੱਕ ਸੀਟ ਦੇ ਉੱਤੇ ਅਗਰ ਉਹ ਸਹਿਮਤ ਹੁੰਦੇ ਨੇ ਤਾਂ ਅਸੀਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਵਿੱਚ ਆਪਣਾ ਪੱਖ ਰੱਖ ਦਿਆਂਗੇ। ਗੱਲ ਉਹਨਾਂ ਨੂੰ ਸਾਡੇ ਅਲਾਇੰਸ ਵਿੱਚ ਸ਼ਾਮਿਲ ਕਰਨ ਦੀ ਸਕੋਪ 'ਤੇ ਜਿਹੜੀ ਚਰਚਾ ਚੱਲੀ ਸੀਗੀ ਉਹਦੇ 'ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਅਗਰ ਗੱਲ ਕਰ ਸਕਦੇ ਹਾਂ ਕਰ ਲਓ, ਲੇਕਿਨ ਉਹ ਅਖਬਾਰ ਦੇ ਵਿੱਚ ਇਸ ਤਰ੍ਹਾਂ ਪੇਸ਼ ਹੋਇਆ ਜਿੱਦਾਂ ਅਸੀਂ ਕੋਈ ਪਾਰਟੀ ਛੱਡ ਕੇ ਪਾਰਟੀ ਬਦਲ ਕੇ ਦੁਬਾਰਾ ਆਮ ਆਦਮੀ ਪਾਰਟੀ ਵਿੱਚ ਜਾ ਰਹੇ, ਦੈਟ ਇਜ਼ ਦੀ ਕਲੈਰੀਫਿਕੇਸ਼ਨ। ਤਾਂ ਜਦੋਂ ਉਹਨਾਂ ਨੇ ਕਿਹਾ ਤਾਂ ਜਿੱਥੇ ਖਹਿਰਾ ਹੈਗਾ ਜੋ ਉਹਨਾਂ ਦੀ ਆਦਤ ਰੂਟੀਨ ਬਣੀ ਹੋਈ ਆ, ਅਲਾਇੰਸ ਵਿੱਚ ਪਹਿਲਾਂ ਵੀ ਗੱਲ ਚੱਲੀ ਸੀ, ਉਹ ਕਹਿੰਦੇ ਜਿੱਥੇ ਖਹਿਰਾ ਦੇ ਬਹਿਸ ਨੇ ਅਸੀਂ ਕਦੀ ਸੋਚ ਵੀ ਨਹੀਂ ਸਕਦੇ। ਸੋ ਕੁਐਸਚਨ ਇਜ਼ ਕਿ ਉਹਨਾਂ ਦੀ ਜਿਹੜੀ ਸਾਰੀ ਇੰਟੈਂਸ਼ਨ ਹੈ ਇਲੈਕਸ਼ਨ ਨੂੰ ਲੈ ਕੇ ਉਹ ਨਫ਼ਰਤ ਦੀ ਭਾਵਨਾ, ਇਟ ਇਜ਼ ਨੋਟ ਪੰਜਾਬ ਦੇ ਹਿੱਤ ਵਿੱਚ ਕੋਈ ਗੱਲ ਨਹੀਂ ਗੀ, ਨਫ਼ਰਤ ਦੀ ਭਾਵਨਾ ਦੇ ਨਾਲ ਕੰਮ ਕੀਤਾ ਜਾ ਰਿਹਾ। ਠੀਕ ਹੈ ਜੀ,
ਦੇਖੋ ਜਿਹੜਾ ਬੀਬੀ ਹਰਸਿਮਰਤ ਕੌਰ ਬਾਦਲ ਆ ਉਹ ਟੂ ਟਾਈਮ ਸਿਟਿੰਗ ਐਮ ਪੀ ਆ, ਉੱਥੇ ਕੈਬਨਿਟ ਦੀ ਮਿਨਿਸਟਰ ਆ, ਆਪਣਾ ਐਲਾਨ ਬਠਿੰਡੇ ਵਿੱਚ ਕਰ ਨਹੀਂ ਰਹੀ ਡਰਦੀ, ਅਤੇ ਦੂਜਿਆਂ 'ਤੇ ਟਿੱਪਣੀ ਕਰ ਰਹੀ ਹੈ ਕਿ ਉਹਨਾਂ ਦੀ ਜ਼ਮਾਨਤ ਜ਼ਬਤ ਆ। ਮੈਂ ਉਸ ਈਸ਼ਵਰ ਪਰਮਾਤਮਾ ਵਾਹਿਗੁਰੂ ਤੋਂ ਡਰ ਕੇ ਕਹਿੰਦਾ ਕਿ ਇਸ ਵਾਰ ਹੈਰਾਨਜਨਕ ਨਤੀਜੇ ਨਿਕਲਣਗੇ ਔਰ ਲੋਕਾਂ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਪ੍ਰਤੀ ਬਹੁਤ ਗੁੱਸਾ ਵਾ ਔਰ ਅਕਾਲੀ ਦਲ ਦੇ ਪ੍ਰਤੀ ਵਿਸ਼ੇਸ਼ ਤੌਰ 'ਤੇ ਗੁੱਸਾ ਵਾ ਕਿ ਜੋ ਕੁਛ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਕੇ ਅਤੇ ਦੋਸ਼ੀਆਂ ਨੂੰ ਬਚਾਇਆ, ਬਹਿਬਲ ਕਲਾਂ ਦੇ ਵਿੱਚ ਦੋ ਸਿੱਖ ਨੌਜਵਾਨਾਂ ਦੇ ਕਤਲ ਹੋਣ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਬਚਾਇਆ ਔਰ SIT ਦੀ ਪ੍ਰੋਸੀਡਿੰਗਸ ਨੂੰ ਅੱਗੇ ਨਾ ਲਿਜਾ ਕੇ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਸਿੰਘ ਬਾਦਲ ਦੇ ਪਦ ਚਿੰਨ੍ਹਾਂ 'ਤੇ ਚੱਲ ਰਹੇ ਨੇ। ਉਹੀ ਹਿਫਾਜ਼ਤ ਜਿਹੜੀ ਸੁਖਬੀਰ ਬਾਦਲ ਪੁਲਿਸ ਵਾਲਿਆਂ ਦੀ ਕਰਦਾ ਸੀ ਹੁਣ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦਾ ਐਡਵੋਕੇਟ ਜਨਰਲ ਆਫਿਸ ਹੈਜ਼ ਫਲੋਪਡ, ਇਟ ਹੈਜ਼ ਫੇਲਡ ਕਿ ਇੱਕ ਪਾਸੇ ਬਹਿਬਲ ਕਲਾਂ ਦੇ ਵਿੱਚ ਗੋਲੀ ਮਾਰਨ ਵਾਲੇ 302 ਕਾਤਲਾਂ ਦੇ ਜਦੋਂ ਕੇਸ ਸੁਣੇ ਜਾਂਦੇ ਸੀ ਹਾਈਕੋਰਟ ਵਿੱਚ ਜਿੱਥੇ ਉਹਨਾਂ ਨੂੰ ਬਲੈਂਕਟ ਬੇਲਸ ਮਿਲ ਰਹੀਆਂ, ਐਡਵੋਕੇਟ ਜਨਰਲ ਅਤੁਲ ਨੰਦਾ ਆਪ ਖੁਦ ਜਾਣ ਬੁੱਝ ਕੇ ਗੈਰ ਹਾਜ਼ਰ ਰਹਿੰਦਾ ਸੀਗਾ। ਇਟ ਇਜ਼ ਏ ਪਾਰਟ ਆਫ ਦੀ ਸਟ੍ਰੈਟਜੀ ਆਫ ਕੈਪਟਨ ਅਮਰਿੰਦਰ ਸਿੰਘ ਗਵਰਨਮੈਂਟ ਟੂ ਹੈਲਪ ਪੁਲਿਸ ਆਫਿਸਰਸ ਆਫ ਦ ਸਟੇਟ ਹੂ ਹੈਵ ਕਿਲਡ ਆਵਰ ਇਨੋਸੈਂਟ ਚਿਲਡਰਨ ਇਨ ਬਰੂਟਲ ਪੁਲਿਸ ਫਾਇਰਿੰਗ, ਹੈਵ ਇੰਡਲਜਡ ਇਨ ਬਰੂਟਲ ਲਾਠੀ ਚਾਰਜ ਐਂਡ ਲੈਟ ਮੀ ਕੈਟੇਗੋਰੀਕਲੀ ਸਟੇਟ ਕਿ ਅਮਰਿੰਦਰ ਸਿੰਘ ਉਹੀ ਪੋਲਿਸੀ ਪਰਸੂ ਕਰ ਰਿਹਾ ਜਿਹੜੀ ਬਾਦਲ ਦੀ ਸੀਗੀ ਅਤੇ ਦੋਨਾਂ ਦੀ ਉਹੀ ਪੋਲਿਸੀ ਆ ਜਿਹੜੀ ਉੱਪਰ ਦਿੱਲੀ ਵਿੱਚ ਡੂੰਗੀ ਰਣਨੀਤੀ ਦਾ ਇੱਕ ਸਬੂਤ ਹੈ। ਉਹ ਬੈਠੇ ਦਿੱਲੀ ਦੇ ਜਿਹੜੇ DGP ਪੰਜਾਬ ਦੇ ਲਵਾਉਂਦੇ ਨੇ, ਜਿਹੜੇ ਅਮਰਿੰਦਰ ਸਿੰਘ ਦੀ ਪੁਲਿਸ ਡਿਪਾਰਟਮੈਂਟ ਅਤੇ ਹੋਮ ਡਿਪਾਰਟਮੈਂਟ ਨੂੰ ਡੋਵਲ ਸਾਹਿਬ ਚਲਾ ਰਹੇ ਨੇ, BJP ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰਿੰਦਰ ਸਿੰਘ ਨਹੀਂ ਚਲਾ ਰਹੇ, ਪਹਿਲਾ DGP ਵੀ ਸੁਰੇਸ਼ ਅਰੋੜਾ ਕੈਪਟਨ ਸਾਹਿਬ ਦੀ ਮਰਜ਼ੀ ਤੋਂ ਬਗੈਰ ਉੱਤੋਂ ਲੱਗਿਆ ਸੀਗਾ ਅਤੇ ਹੁਣ ਵਾਲਾ ਵੀ ਜਿਹੜਾ ਵਾ ਉਹ ਉਹਨਾਂ ਦੀ ਸਿਫਾਰਿਸ਼ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਲਾਇਆ ਵਾ। ਸੋ ਇੱਕ ਬਹੁਤ ਡੂੰਗੀ ਰਣਨੀਤੀ ਦੇ ਤਹਿਤ ਪੰਜਾਬ ਦੇ ਵਿੱਚ ਦੋਸ਼ੀ ਪੁਲਿਸ ਵਾਲੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨ ਮਾਰੇ, ਜਿਨ੍ਹਾਂ ਨੇ ਖਾਲੜਾ ਸਾਹਿਬ ਵਰਗੇ ਇਨੋਸੈਂਟ ਲੋਕਾਂ ਨੂੰ ਚੁੱਕ ਕੇ ਅਤੇ ਫਿਜ਼ੀਕਲੀ ਇਲੀਮੀਨੇਟ ਕਰਤਾ, ਉਹਨਾਂ ਲੋਕਾਂ ਨੂੰ ਅਕਾਲੀ ਦਲ ਦੀ ਸਰਕਾਰ ਨੇ ਨਵਾਜਿਆ ਵਾ। ਉਹਨਾਂ ਨੂੰ ਸੁਮੇਧ ਸਿੰਘ ਸੈਣੀ ਵਰਗਿਆਂ ਨੂੰ DGP ਬਣਾਇਆ, ਆਲਮ ਸੈਨਾ ਜਿਹੜਾ ਮਸ਼ਹੂਰ ਸੀ ਜਿਹੜਾ ਸਿੱਖ ਨੌਜਵਾਨਾਂ ਨੂੰ ਬਿੱਲੀਆਂ ਬਣਾਉਂਦਾ ਸੀ, ਕੈਟ ਬਣਾਉਂਦਾ ਸੀ, ਇਸੇ ਹੀ ਅਖੌਤੀ ਅਕਾਲੀ ਦਲ ਬਾਦਲ ਦੇ ਟੱਬਰ ਨੇ ਉਹਨਾਂ ਨੂੰ ਮਲੇਰਕੋਟਲੇ ਤੋਂ MLA ਬਣਾ ਕੇ ਨਵਾਜਿਆ। ਅੰਡਰਸਟੈਂਡ ਦੈਟ ਦੇਰ ਇਜ਼ ਅ ਵੈਰੀ ਵੈਰੀ ਡੀਪ ਪੋਲਿਸੀ ਟੂਵਰਡਸ ਦ ਸਟੇਟ ਆਫ ਪੰਜਾਬ ਕਿ ਇੱਥੇ ਇਹੋ ਜਿਹੇ ਹੀ ਅਫਸਰ ਲਾਏ ਜਾਣਗੇ ਜਿਹੜੇ ਸਿੱਖਾਂ ਨੂੰ ਅਤੇ ਪੰਜਾਬ ਦੇ ਲੋਕਾਂ ਦੀ ਐਨਹਲੇਸ਼ਨ, ਉਹਨਾਂ ਦੀ ਨਸਲਕੁਸ਼ੀ ਦੇ ਵਿੱਚ ਰੋਲ ਅਦਾ ਕਰਨਗੇ ਅਤੇ ਫਿਰ ਉਹਨਾਂ ਨੂੰ ਬਚਾਇਆ ਜਾਊਗਾ। ਔਰ ਜਿੱਦਾਂ ਪਹਿਲਾਂ ਬਾਦਲਾਂ ਦੇ ਟਾਈਮ ਇਹਨਾਂ ਦੋਸ਼ੀਆਂ ਨੂੰ ਬਹਿਬਲ ਕਲਾਂ ਦੇ ਗੋਲੀ ਕਾਂਡ ਵਾਲਿਆਂ ਨੂੰ ਬਚਾਇਆ ਬਾਦਲ ਨੇ, ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਸੇ ਹੀ ਨੀਤੀ ਦੇ ਤਹਿਤ ਕੰਮ ਕਰ ਰਹੀ, ਇਹ ਮੇਰੇ ਕਹਿਣ ਦਾ ਮਤਲਬ ਸੀ। 100% ਜਿਹੜਾ SIT ਨੇ ਸਡਨਲੀ ਪ੍ਰੋਸੀਡਿੰਗ ਸਲੋਅ ਕਰਤੀਆਂ, ਕਿਸੇ ਤਾਕਤਵਰ ਬੰਦੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ, ਮਨਤਾਰ ਬਰਾੜ ਤੋਂ ਅੱਗੇ ਜਿਹੜੀ ਸਿਆਸੀ ਪੌੜੀ ਚੜ੍ਹਨੀ ਸੀ, ਜਿਹੜਾ ਸੁਖਬੀਰ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਡੈਮਨਿੰਗ ਐਵੀਡੈਂਸ ਹੈਗਾ ਕਿ ਚੀਫ ਮਿਨਿਸਟਰ 14 ਅਕਤੂਬਰ 2015 ਦੀ ਅੱਧੀ ਰਾਤ ਨੂੰ 2 ਵਜੇ DGP ਨੂੰ ਟੈਲੀਫੋਨ ਕਰਦਾ, ਉਹ ਕਦੇ ਨਹੀਂ ਕਰਦਾ ਸੀਗਾ, ਉੱਦਣ ਹੀ ਗੋਲੀ ਚੱਲਦੀ ਹੈ ਬਹਿਬਲ 'ਚ, ਉੱਦਣ ਹੀ ਗੋਲੀ ਚੱਲਦੀ ਹੈ ਕੋਟਕਪੂਰੇ ਦੇ ਵਿੱਚ। ਸੋ ਦੇਅਰਫੋਰ ਉਹਨਾਂ ਦੀ ਮਿਲੀ ਭੁਗਤ ਨੂੰ ਬਚਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਆਪਣੇ ਅਕਾਵਾਂ ਨੂੰ ਖੁਸ਼ ਕਰਕੇ SIT ਨੂੰ ਆਲਮੋਸਟ ਡੀਰੇਲ ਕਰ ਦਿੱਤਾ। SIT ਇਜ਼ ਆਲਮੋਸਟ ਔਨ ਦ ਵਰਜ ਆਫ ਡੀਰੇਲ, ਔਰ ਸਾਰੇ ਅਫਸਰ ਜਿਹੜਾ ਜਾਂਦਾ ਹਾਈਕੋਰਟ ਵਿੱਚ ਉਹਨੂੰ ਬਲੈਂਕਟ ਬੇਲ ਮਿਲਦੀ, ਬਲੈਂਕਟ ਕੰਬਲ ਤੋਂ ਬਗੈਰ ਘੱਟ ਕੋਈ ਆਉਂਦਾ ਨਹੀਂ ਪੁਲਿਸ ਵਾਲਾ, ਉਧਰੋਂ ਕੰਬਲ ਦੀ ਬੇਲ ਲੈ ਕੇ ਆ ਜਾਂਦੇ ਵਾਪਸ, ਅਤੇ ਮੁੜ ਕੇ SIT ਕਹਿੰਦੀ ਹਮ ਕਿਆ ਕਰੇ, ਉਨਕੋ ਤੋਂ ਬੇਲ ਮਿਲ ਚੁੱਕੀ ਹੈ, ਦ ਮੈਟਰ ਇਜ਼ ਸਬ ਜੂਡਿਸ, ਦੈਟ ਇਜ਼। ਨਹੀਂ, ਆਈ ਵਿਲ ਨੋਟ ਰੇਜ਼ ਕੁਐਸਚਨਸ ਅਬਾਊਟ ਦ ਜੁਡੀਸ਼ਰੀ, ਬਟ ਵਨ ਥਿੰਗ ਇਜ਼ ਸ਼ੋਰ ਕਿ ਪੰਜਾਬ ਦਾ ਐਡਵੋਕੇਟ ਜਨਰਲ ਦਾ ਆਫਿਸ ਡੈਫੀਨੇਟਲੀ ਰਲਿਆ ਹੋਇਆ ਗੁਨਾਹਗਾਰਾਂ ਦੇ ਨਾਲ।
ਇਹ ਆਬਜ਼ਰਵੇਸ਼ਨ ਜਿਹੜੀਆਂ ਮੈਂ ਵੀ ਨੋਟ ਕੀਤੀਆਂ ਨੇ, ਬੜੀ ਦੁਖਦਾਈ ਗੱਲ ਹੈ ਕਿ ਆਫਟਰ ਹੈਵਿੰਗ ਸੀਨ ਬਲੇਟੈਂਟ ਇਨਫੋਰਮੇਸ਼ਨ ਐਂਡ ਵੀਡੀਓਜ਼ ਐਂਡ ਐਵੀਡੈਂਸ ਵਿਚ ਸ਼ੋਜ਼ ਯੂਜ਼ ਆਫ ਐਕਸੈਸਿਵ ਫੋਰਸ, ਵਾਇਲੇਸ਼ਨ ਆਫ ਹਿਊਮਨ ਰਾਈਟਸ, ਅਗਰ ਉਹਨਾਂ ਨੂੰ ਕੋਈ ਜੁਡੀਸ਼ਰੀ ਵਿੱਚ ਬੈਠਾ ਵੀ ਜਸਟੀਫਾਈ ਕਰਦਾ, ਬਹੁਤ ਮੰਦਭਾਗੀ ਗੱਲ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਦੇ ਵਿੱਚ ਲਾਅ ਆਫਿਸਰਸ ਦਾ, ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦਾ ਟੋਟਲ ਫੇਲੀਅਰ ਆ। ਛੋਟੇ ਛੋਟੇ ਕੇਸਾਂ ਵਿੱਚ ਐਡਵੋਕੇਟ ਜਨਰਲ ਪੇਸ਼ ਹੁੰਦਾ ਵਾ, ਖਹਿਰਾ ਦੇ ਖਿਲਾਫ ਐਨ ਡੀ ਪੀ ਐਸ ਦਾ ਮੁਕੱਦਮਾ ਚੱਲਣਾ ਵਾ ਅਤੇ ਉਹਦੇ 'ਚੋਂ ਪੇਸ਼ ਹੁੰਦਾ ਵਾ, ਮੇਰੇ ਖਿਲਾਫ ਇਹ 25-25 ਲੱਖ ਦਾ ਇੰਗੇ ਟੌਪ ਦਾ ਮੁਕਲ ਰੋਹਤਗੀ ਵਰਗਾ ਹਾਇਰ ਕਰਕੇ ਸੁਪਰੀਮ ਕੋਰਟ ਵਿੱਚ ਮੇਰੇ ਖਿਲਾਫ ਖੜਾ ਕਰਦੇ ਨੇ। ਲੇਕਿਨ ਜਿਹਨਾਂ ਪੁਲਿਸ ਵਾਲਿਆਂ ਨੇ ਨੌਜਵਾਨਾਂ ਨੂੰ ਮਾਰਿਆ ਗੋਲੀ ਮਾਰ ਕੇ, ਉਹਨਾਂ ਦੇ ਖਿਲਾਫ ਐਡਵੋਕੇਟ ਜਨਰਲ ਵੀ ਪੇਸ਼ ਨਾ ਹੋਵੇ। ਔਰ ਐਡਵੋਕੇਟ ਜਨਰਲ ਤੁਰਕੀ ਘੁੰਮਣ ਗਿਆ ਛੁੱਟੀ ਤੇ ਟਰਕੀ ਚਲੇ ਗਏ ਹੋਏ ਨੇ। ਦਿਸ ਸ਼ੋਜ਼ ਦੀ ਕੈਲਸ ਐਟੀਟਿਊਡ ਐਂਡ ਦੀ ਇਨਵੋਲਵਮੈਂਟ ਆਫ ਦੀ ਐਡਵੋਕੇਟ ਜਨਰਲ ਆਫਿਸ ਵਿਦ ਦੀ ਕਲਪਰੇਟ ਅਕਿਊਜ਼ਡ ਪੁਲਿਸ ਆਫਿਸਰਸ ਆਫ ਪੰਜਾਬ। ਉਹੀ ਮੈਂ ਕਹਿ ਰਿਹਾ ਨਾ ਜੀ ਕਿ ਦਿਸ ਇਜ਼ ਇੰਟਾਇਰ ਅਲਾਈਨਮੈਂਟ ਫੇਲੀਅਰ ਆਫ ਦੀ ਐਡਵੋਕੇਟ ਜਨਰਲ। ਔਰ ਅਨਫੋਰਚੁਨੇਟਲੀ ਜਿਹੜੇ ਜੱਜਸ ਨੇ, ਅਗਰ ਉਹ ਇਸ ਤਰ੍ਹਾਂ ਦੀ ਰੂਲਿੰਗਸ ਦੇ ਰਹੇ ਨੇ ਤਾਂ ਗੁਨਾਹਗਾਰਾਂ ਨੂੰ 302 ਦੇ ਵਿੱਚ ਐਂਟੀਸਪੇਟਰੀ ਬੇਲਾਂ ਮਿਲ ਰਹੀਆਂ ਨੇ, ਇਹਦੇ ਨਾਲ ਜ਼ਿਆਦਾ ਦੁਖਦਾਈ ਗੱਲ ਮੈਂ ਸਮਝਦਾ ਨਹੀਂ ਹੋ ਸਕਦੀ। ਦੇਖੋ, ਹਰ ਪੋਲੀਟੀਕਲ ਪਾਰਟੀ ਔਰ ਹਰ ਪੋਲੀਟੀਕਲ ਲੀਡਰ ਦਾ ਆਪਣਾ ਆਪਣਾ ਨਜ਼ਰੀਆ ਹੈ। ਆਈ ਕੈਨੋਟ ਫੋਰਸ ਐਨੀ ਪੋਲੀਟੀਕਲ ਪਾਰਟੀ ਔਰ ਲੀਡਰ ਟੂ, ਆਈ ਕੈਨੋਟ ਬੁਲਡੋਜ਼ ਇਨ ਦੈਮ ਇਨ ਟੂ ਐਕਸ਼ਨ। ਪਰ ਜਿੱਥੋਂ ਤੱਕ ਸਾਡਾ ਪੰਜਾਬ ਏਕਤਾ ਪਾਰਟੀ ਦਾ ਮੰਨਣਾ ਹੈ ਕਿ ਕੈਪਟਨ ਸਾਹਿਬ ਦਾ ਅਸਲ ਜਿਹੜਾ ਉਹਨਾਂ ਦਾ 2 ਸਾਲਾਂ ਦੀ ਜਿਹੜੀ ਅਚੀਵਮੈਂਟ ਹੈ ਨਾ, ਉਹ 2 ਸਾਲ 2 ਦਾਗੀ ਮੰਤਰੀ, ਰਾਣਾ ਗੁਰਜੀਤ, ਦੂਜੇ ਸਾਲ ਭਾਰਤ ਭੂਸ਼ਣ ਆਸ਼ੂ। ਸੇਮ ਚਾਰਜਸ, ਬੇਨਾਮੀ ਟ੍ਰਾਂਜੈਕਸ਼ਨ ਵਿੱਚ ਰਾਣੇ ਗੁਰਜੀਤ ਦਾ ਨਾਮ ਆਉਂਦਾ ਮਾਈਨਿੰਗ ਦੇ ਵਿੱਚ, ਭਾਰਤ ਭੂਸ਼ਣ ਆਸ਼ੂ ਦੀ ਬੇਨਾਮੀ ਟ੍ਰਾਂਜੈਕਸ਼ਨ ਅਗਰ ਕੋਈ ਇਨਵੈਸਟੀਗੇਟ ਕਰੇਗਾ ਤਾਂ ਬੇਨਾਮੀ ਮਾਫੀਆ ਬਿਲਡਰਸ ਲੁਧਿਆਣੇ ਦੇ ਨਾਲ ਉਹਨਾਂ ਦੀ ਮਿਲੀ ਭੁਗਤ ਅਤੇ ਹਿੱਸੇਦਾਰੀ ਦਾ ਸਬੂਤ ਅਵਸ਼ ਮਿਲੇਗਾ। ਤਾਂ ਹੀ ਅਸੀਂ CBI ਦੀ ਜਾਂਚ ਜਾਂ ਇੱਕ ਸਿਟਿੰਗ ਜੱਜ ਆਫ ਦੀ ਹਾਈ ਕੋਰਟ ਤੋਂ ਇਨਕੁਆਇਰੀ ਮੰਗ ਰਹੇ ਹਾਂ। ਔਰ ਲੈਟ ਮੀ ਸੇ ਕਿ ਅਸੀਂ ਪਿੱਛੇ ਨਹੀਂ ਹਟ ਰਹੇ, ਇਸੇ ਹਫ਼ਤੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਕੇ ਇਸ ਕਰਪਟ ਮਿਨਿਸਟਰ ਨੂੰ ਨੇਲ ਡਾਊਨ ਕੀਤਾ ਜਾਵੇਗਾ। ਵੀ ਵਿਲ ਟੇਕ ਦਿਸ ਫਾਈਟ ਟੂ ਦਾ ਲੋਜੀਕਲ ਕੰਕਲੂਜਨ ਲਾਈਕ ਵੀ ਟੁੱਕ ਦਾ ਫਾਈਟ ਆਫ ਰਾਣਾ ਗੁਰਜੀਤ ਸਿੰਘ ਟੈਂਟਡ ਮਿਨਿਸਟਰ ਟੂ ਅ ਲੋਜੀਕਲ ਕੰਕਲੂਜਨ। ਔਰ ਮੈਨੂੰ ਪੂਰਨ ਆਸ ਹੈ ਕਿ ਹਾਈ ਕੋਰਟ ਇਹਦੇ ਵਿੱਚ ਇਮਪਾਰਸ਼ਲ ਇਨਕੁਆਇਰੀ ਆਰਡਰ ਕਰੇਗੀ, ਕਿਉਂਕਿ DSP ਨੇ ਇੱਕ ਪੂਰਾ ਚੈਪਟਰ ਬਣਾ ਕੇ ਲਿਖਿਆ ਵਾ ਸਿਆਸੀ ਮੁਦਾਖਲਤ, ਕਿ ਮਿਨਿਸਟਰ ਮੈਨੂੰ ਟੈਲੀਫੋਨ ਕਰਦਾ ਸੀ, ਮਿਨਿਸਟਰ ਮੈਨੂੰ ਧਮਕਾਉਂਦਾ ਸੀ, ਮਿਨਿਸਟਰ ਮੈਨੂੰ ਰੋਕਦਾ ਸੀ ਇਨਕੁਆਇਰੀ ਕਰਨ ਤੋਂ। ਮਿਨਿਸਟਰ ਦਾ ਅਗਰ DSP ਦੇ ਇਨਕੁਆਇਰੀ ਆਫਿਸਰ ਨੂੰ ਰੋਕਦਾ ਸੀਗਾ ਤਾਂ ਉਹਦਾ ਮਤਲਬ ਇੰਟਰਸਟ ਕੀ ਹੈ? ਉਹਦਾ ਇੰਟਰਸਟ ਆ ਕਿ ਉਹਨਾਂ ਦੇ ਬੇਨਾਮੀ ਹਿੱਸੇ ਨੇ ਅੱਜ ਪੋਲੀਟੀਕਲ ਜਮਾਤ ਦੇ ਸਾਰੇ ਧੰਦਿਆਂ ਦੇ ਵਿੱਚ ਬੇਨਾਮੀ ਅਤੇ ਸਿੱਧੇ ਹਿੱਸੇ ਨੇ। ਟਰਾਂਸਪੋਰਟ ਵਿੱਚ ਸਾਰੇ ਟੱਬਰਾਂ ਦਾ ਸਿੱਧਾ ਹਿੱਸਾ ਅਤੇ ਮਾਈਨਿੰਗ ਵਗੈਰਾ ਦੇ ਵਿੱਚ ਬੇਨਾਮੀ ਹਿੱਸੇ ਸਾਰਿਆਂ ਦੇ ਨੇ। ਇਹ ਤੁਸੀਂ ਪੁੱਛੋ ਜੀ ਉਹਨਾਂ ਨੂੰ, ਬਿਕੋਜ਼ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਗੀ। ਇਹਦੇ ਬਾਰੇ ਮੇਰੀ ਡਿਸਕਸ਼ਨ ਨਹੀਂ ਹੋਈ, ਬਿਕੋਜ਼ ਅਸੀਂ ਆਪਣੀ ਪਾਰਟੀ ਨੂੰ ਰਿਪ੍ਰੈਜੈਂਟ ਕਰਕੇ ਪਾਰਟੀ ਦਾ ਪੁਆਇੰਟ ਆਫ ਵਿਊ ਲੈ ਕੇ ਆ ਰਹੇ ਹਾਂ। ਉਹਨਾਂ ਦਾ ਇਸ ਬਾਰੇ ਕੀ ਗੱਲਬਾਤ, ਉਹਦੇ ਮੇਰੀ ਡਿਸਕਸ਼ਨ ਨਹੀਂ ਹੋਈ। ਅਤੇ ਤੁਸੀਂ ਪੁੱਛੋ ਨਾ, ਤੁਸੀਂ ਪੁੱਛਦੇ ਕਿਉਂ ਨਹੀਂ ਗੇ? ਤੁਸੀਂ ਮੈਨੂੰ ਕਿਉਂ ਪੁੱਛ ਰਹੇ ਹੋ? ਜੇ ਲੱਭੋ ਨਾ, ਤੁਸੀਂ ਸਾਰਿਆਂ ਨੂੰ ਲੱਭਦੇ ਵੀ ਹੋ। ਹਾਂਜੀ, ਤੁਹਾਡਾ ਮੈਂ ਪੁਆਇੰਟ ਆਫ ਵਿਊ ਸਮਝ ਗਿਆ, ਤੁਹਾਡਾ ਸਵਾਲ ਸਮਝ ਗਿਆ, ਬਟ
ਇਹ ਬੈਟਰ ਇਹ ਬਣਦਾ ਕਿ ਤੁਸੀਂ ਉਹਨਾਂ ਨੂੰ ਪੁੱਛੋ। ਬਾਕੀ ਕੋਈ ਕਿਹੜੇ ਚੌਧਰੀ ਦਾ ਹੋਰ ਇਹਨਾਂ ਨੇ ਕਰਨਾ ਕੀ? ਹੋਰ ਸਟਿੰਗ ਕਿਹੜੇ ਹੋਣਗੇ ਇਹਨਾਂ ਦੇ ਸਾਹਮਣੇ? ਦੇਖੋ ਹਲੇ ਮੈਂ ਹਲੇ ਸਟਿੰਗ ਦੇਖ ਨਹੀਂ ਸਕਿਆ, ਬਟ ਇਹ ਤਾਂ ਕਾਂਗਰਸ ਵਿੱਚ ਰੂਟੀਨ ਹੈ। ਇਹਦੇ 'ਚ ਨਵੀਂ ਗੱਲ ਕੀ ਆ, ਤਾਂ ਸਾਰੇ ਪੈਸੇ ਲੈਂਦੇ ਨੇ, ਸਾਰੇ ਪਾਰਟੀ ਦੇ ਸਾਰੇ ਪੈਸੇ ਲੈ ਕੇ ਉਹ ਕੰਮ ਉਸ ਪੈਸਿਆਂ ਦੇ ਇਨ ਲਿਊ ਸਾਰੇ ਗਲਤ ਕੰਮ ਕਰਾਉਂਦੇ ਨੇ। ਇਹ ਇਸੇ ਨੂੰ ਕਰਪਸ਼ਨ ਕਹਿੰਦੇ ਨੇ। ਦਿਸ ਇਜ਼ ਐਗਜ਼ੈਕਟਲੀ। ਇੱਕ ਨਾ ਆਰ ਐਮ ਪੀ ਆਈ ਦੇ ਜਨਰਲ ਸੈਕਟਰੀ ਸਾਹਿਬ ਪਾਸਲਾ ਸਾਹਿਬ ਨੇ ਕੁਛ ਗੱਲ ਕਹਿਣੀ, ਪਲੀਜ਼। ਸੋਰੀ, ਕੀ ਦੇਖ ਰਹੇ ਹੋ ਪਟਿਆਲਾ ਟੀਵੀ? ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪੰਜਾਬ ਦਾ ਨੰਬਰ 1 ਦੁਬਈ ਗਲੋਬਲ ਅਚੀਵਰ ਅਵਾਰਡ ਪ੍ਰਾਪਤ 1991 ਵਿੱਚ ਸਥਾਪਿਤ ਹੋਈ ਪਟਿਆਲਾ ਦੀ ਸਵੈ ਰੁਜ਼ਗਾਰ ਪ੍ਰਦਾਨ ਕਰਾਉਣ ਵਾਲੀ ਪਹਿਲੀ ਅਤੇ ਪੁਰਾਣੀ ਸੰਸਥਾ ITMP ਦੇਸ਼ ਭਗਤ ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ ਮਾਡਰਨ ਟੈਕਨੀਕਾਂ ਰਾਹੀਂ ਬਣੀ 5 ਮੰਜ਼ਿਲਾ ਇਹ ਸੰਸਥਾ 10ਵੀਂ ਅਤੇ +2 ਤੋਂ ਬਾਅਦ ਗੌਰਮੈਂਟ ਅਤੇ ISO ਸਰਟੀਫਾਈਡ ਡਿਪਲੋਮੇ OT DMLT ਐਕਸਰੇ ਆਪਥਲਮਿਕ ਅਸਿਸਟੈਂਟ ECG ਫਿਜ਼ੀਓਥੈਰੇਪੀ ਹੁਣ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਵੀ ਕਰ ਸਕਦੇ ਹੋ। ਵਿਦਿਆਰਥੀ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਲਾਈਵ ਪ੍ਰੋਜੈਕਟਰ ਸਲਾਈਡ ਪ੍ਰੋਜੈਕਟਰ ਓਵਰਹੈਡ ਪ੍ਰੋਜੈਕਟਰ DMLT ਕੋਰਸਾਂ ਲਈ ਮੈਨੂਅਲ ਅਤੇ ਕੰਪਿਊਟਰਾਈਜ਼ਡ ਲੈਬ ਆਪਰੇਸ਼ਨ ਥੀਏਟਰ ਐਕਸਰੇ ਪਲਾਂਟ ECG ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਹੋਸਟਲ ਅਤੇ ਖਾਣੇ ਦਾ ਖਾਸ ਪ੍ਰਬੰਧ। ਤੁਸੀਂ ਵੀ ਆਪਣੇ ਬੱਚਿਆਂ ਦਾ ਫਿਊਚਰ ਸੰਭਾਲਣਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਇੱਕ ਵਾਰ ਆ ਕੇ ਜ਼ਰੂਰ ਵੇਖੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ, ਨੇੜੇ ਸ਼ਿਵ ਮੰਦਿਰ, ਪਟਿਆਲਾ। 0175-275-1810-93-560-91-560-90-02 www.gurunanakinstitute.com